82 ਨੇ 2-3 ਮਹੀਨਾ ਸੀ ਜਿਹੜਾ ਸ਼ੁਰੂ ਕੀਤਾ। ਪਹਿਲੀ ਮਾਈ ਮੈਂ ਕਹਿੰਦੀ ਮੇਰੇ ਕੋਲ 700 ਰੁਪਈਆ ਸੀ। ਜਿਹੜੇ ਸ਼ਹਿਰਾਂ 'ਚ ਗਿਆ ਜੀਜਾ ਪਤਨੀ ਤੱਕਣਾ ਬਈ ਕਿਹੜੇ ਸਟਾਫ ਨੂੰ ਕਿਸੇ ਪੁੱਛਾਂ ਵੀ ਇਹਨਾਂ ਡਰਾਂ ਵਿੱਚੋਂ ਬਈ ਇਹਨਾਂ ਮੈਂ ਕੋਲ ਪੈਸੇ ਹੀ ਕੱਢੀ ਕਿੰਨੇ ਮਾੜੇ। ਮਾਈ ਜਿਹੜੀ ਸੀ ਇਹਨਾਂ ਖਾਲਿਦ ਸ਼ਾਹ ਔਰ ਸਨ ਬਣਲੀ ਉਹਨਾਂ ਕੋਲੋਂ ਕਹਿੰਦੀ 100 ਘੱਟ 4,000। ਕਿਹੜੇ ਕਿਹੜੇ ਰੀਜਨ ਜਿੱਦੇ ਨੂੰ ਕਿਹੜਾ ਕਿਹੜਾ ਸਫ਼ਰ ਪਿਆਦਲ ਕੀਤਾ ਜਿਹੜਾ ਅੱਜ ਵੀ ਯਾਦ ਹੈ? ਕੱਲ੍ਹ ਇੱਕ ਮੰਡੀ ਲੱਗਣੀ ਸੀ, ਉੱਥੋਂ ਦਾਂਦ ਆਉਣੇ ਉਹ ਚੜੋਈ ਲਾਉਣੇ ਵੀ ਜੇ ਅਸਾਂ ਕੋਟਲੀ ਚੇਸ਼ਨੇ ਸਾਂ ਤਾਂ ਰੁਪਈਆ 1500 ਲੱਗਣਾ ਸੀ ਕਿਰਾਇਆ। ਜੇ ਚੜੋਈ ਲਾਈ ਕਿੰਨੇ ਸਾਂ ਤਾਂ 700 ਲੱਗਣਾ ਸੀ ਉੱਥੋਂ। ਉਹ ਜਿਹੜੇ ਲੋਕ ਸਨ ਸਵੈਪੋ ਹੀ ਬੰਦਾ ਜਿਸ ਕੋਲ ਦੁੱਧ ਨਹੀਂ ਕੋਈ ਸ਼ਹਿਰ ਨਹੀਂ, ਅਗਰ ਉਸਕੀ ਵਾਹੀ ਦਿੱਤੀ ਹੈ ਤੂੰ ਜ਼ਹਿਰ ਦਵਾਈ ਦੇਣੀ ਹੋਣੀ। ਮੁੜੀ ਘਰ ਆਏ ਪਰ ਉਹ ਵਾਕਿਆ ਜਿਹੜਾ ਮੈਂ ਭੁੱਲਾਂ ਨਹੀਂ ਕਿ ਅਗਰ ਉਸਦੇ ਨਾ ਉਹ ਬੰਦਾ ਵਾਕਫ ਨਾ ਲੱਭਣਾ ਤਾਂ ਮੇਰੇ ਵਾਸਤੇ ਬਹੁਤ ਮੁਸ਼ਕਿਲ। ਜਿਹੜੀ ਸੜਕ ਮੈਨ ਰੋਡ ਆ ਕੋਟਲੀ ਵਾਲੀ ਤਕਰੀਬਨ ਇਹ ਡੂੰਘੀ ਤੱਕ ਰਹਿ ਸੀ ਪਿੱਛੇ ਪੱਕੀ, ਇਸ ਦੀ ਅੱਗੇ ਇਹ ਵੀ ਕੱਚੀ ਸੀ ਅਤੇ ਬਹੁਤ ਲੋਕਾਂ ਕਾਲ ਕੀਤੀਆਂ ਮੇਂ ਵਿੱਚ ਤੁਸਾਂ ਉਹਨਾਂ ਲੋਕਾਂ ਸਾਰਿਆਂ ਦੀ ਬਹੁਤ ਮਿਹਰਬਾਨੀ। ਅਸਲਾਮ ਵਾਲੇਕੁਮ ਦੋਸਤੋ, ਆਜ਼ਾਦ ਰਿਆਸਤ ਜੰਮੂ ਕਸ਼ਮੀਰ ਤੋਂ ਬਹਿਸ ਹੋਣਾ ਦੋਸਤ ਨਬੀਲ ਅਲਤਾਫ ਦੱਸੋ ਤਕੀਰੋ ਆਪਣਾ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਨਬੀਲ ਇੰਟਰਟੇਨਮੈਂਟ ਅਤੇ ਜਨਾਬ ਵਾਲਾ ਜਿਸ ਤਰ੍ਹਾਂ ਕਿ ਮੈਂ ਲਾਈਵ ਸਟੋਰੀ ਸ਼ੇਅਰ ਕੀਤੀ ਸੀ ਵਾਲਾ ਸਾਹਿਬ ਨੇ ਪਿਛਲੀ ਵੀਡੀਓ ਤੋਂ ਤੱਕੀ ਸੀ, ਬੇਸ਼ੁਮਾਰ ਲੋਕ ਜਿਹੜਾ ਉਹ ਬੇਸਬਰੀ ਨਾਲ ਇੰਤਜ਼ਾਰ ਕਰਨੇ ਸਨ ਕਿ ਨਬੀਲ ਬਾਈ ਵੀਡੀਓ ਨਾਲ ਪਾਰਟ ਨੰਬਰ 2 ਅਤੇ ਇਨਸ਼ਾਅੱਲਾ ਕੋਸ਼ਿਸ਼ ਕਰ ਸਾਂ ਕਿ ਵੀਡੀਓ ਨਾਲ ਜਿਹੜਾ ਪਾਰਟ ਨੰਬਰ 2 ਹੈ ਉਹ ਅੱਜ ਤੁਸੀਂ ਕੀ ਦੱਸਾਂ। ਇਤਨੀ ਲੰਬੀ ਲਾਈਫ ਸਟੋਰੀ ਹੋਣੀ ਹੈ, ਖਵਾ ਕੋਈ ਵੀ ਇਨਸਾਨ ਹੈ ਦੁਨੀਆ ਦੇ ਅੰਦਰ ਜਿਸ ਇੱਕ ਆਪਣੀ 50 ਤੋਂ 60 ਸਾਲਾਂ ਜ਼ਿੰਦਗੀ ਗੁਜ਼ਾਰੀ ਹੈ ਉਸਨੀ ਇੱਕ ਸਟੋਰੀ ਹੈ, ਔਰ ਇਸ ਸਟੋਰੀ ਕੀ ਤੁਸੀਂ 5 ਜਾਂ 10 ਮਿੰਟ ਨੀ ਵੀਡੀਓ 'ਚ ਕਥੀ ਤੌਰ ਪਰ ਕੈਦ ਨੂੰ ਕਰ ਸਕਣੇ। ਵੀਡੀਓ ਨਾਲ ਪਾਰਟ ਨੰਬਰ 2 ਜਿਹੜਾ ਉਹ ਮੈਂ ਆਈ ਆਪਣੇ ਤਮਾਮ ਪਿਆਰ ਮੁਹੱਬਤ ਕਰਨ ਵਾਲਿਆਂ ਦੋਸਤਾਂ ਨਾਲ ਸ਼ੇਅਰ ਕਰ ਸਕਾਂ, ਅਤੇ ਵੀਡੀਓ ਨਾਲ ਪਾਰਟ ਨੰਬਰ 3 ਜਿਹੜਾ ਕੋਸ਼ਿਸ਼ ਕਰ ਸਕਾਂ ਕਿ ਇਨਸ਼ਾਅੱਲਾ ਜਿਤਨੇ ਵੀ ਲੋਕ ਵੀਡੀਓ ਕਿ ਸੈਸ਼ਨ ਵਾਈਜ਼ ਤੱਕਣੇ ਪੈਣ ਔਰ ਪਾਰਟਸ ਨੇ ਮੁੰਤਜ਼ਰ ਹਨ, ਇਨਸ਼ਾਅੱਲਾ ਪਾਰਟ ਨੰਬਰ 3 ਵੀ ਤੁਸੀਂ ਦੱਸਿਆ ਜੇ ਅੱਜ ਦੀ ਵੀਡੀਓ ਦੇ ਅੰਦਰ ਜਿਹੜੀ ਹੈ ਉਹ ਸਟੋਰੀ ਸ਼ੁਰੂ ਕਰ ਸਕਾਂ ਕਿ ਸਟੋਰੀ ਮਤਲਬ ਕਿ ਜਿਹੜਾ ਓਰਿਜਨਲ ਸਟੋਰੀ ਨੇ ਉਹ ਕਿਸ ਤਰ੍ਹਾਂ ਹੋਇਆ, ਜਿਹੜੀ ਲਾਈਫ ਹੈ ਉਹ ਸਟਰਗਲਿੰਗ ਵਿੱਚ ਕਿਸ ਤਰ੍ਹਾਂ ਗੁਜ਼ਰੀ ਹੈ, ਕਿਆ ਕਿਆ ਮੁਸ਼ਕਲਾਂ ਆਈਆਂ, ਬਿਜ਼ਨਸ ਜਿਹੜਾ ਉਸ ਵਾਸਤੇ MBA ਜ਼ਰੂਰੀ ਹੈ ਜਾਂ ਕਿ ਕੁਛ ਹੋਰ ਚੀਜ਼ਾਂ ਜਿਹੜੀਆਂ ਬਿਜ਼ਨਸ ਕੀ ਚਲਾਈ ਸਕਣੀਆਂ। ਅੱਜ ਦੀ ਵੀਡੀਓ ਬੜੀ ਮਜ਼ੇਦਾਰ ਇੰਤਹਾਈ ਖੂਬਸੂਰਤ, ਕੋਸ਼ਿਸ਼ ਕਰਨੀ ਹੈ ਕਿ ਵੀਡੀਓ ਕੀ ਸਕਿਪ ਨਹੀਂ ਕਰਨਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਤਮਾਮ ਲੋਕ ਜਿਤਨੇ ਵੀ ਫੇਸਬੁੱਕ ਪਰ ਤੱਕਣੇ ਪੈਣ ਪੇਜ ਕੀ ਫਾਲੋ ਕਰਨਾ, ਵੀਡੀਓ ਕੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਜਿਤਨੇ ਬੰਦੇ ਵੀ ਯੂਟਿਊਬ ਪਰ ਤੱਕਣੇ ਮਾੜਾ ਯੂਟਿਊਬ ਚੈਨਲ ਜਿਹੜਾ ਉਸਕੇ ਸਬਸਕ੍ਰਾਈਬ ਕਰੀ ਗਿਨਾ, ਔਰ ਘੰਟੀ ਨਾਲ ਜਿਹੜਾ ਬਟਨ ਹੈ ਉਸਕੀ ਪ੍ਰੈਸ ਕਰੀਨਾ ਤਾਂ ਕਿ ਪਾਰਟ ਨੰਬਰ 3 ਜਿਹੜਾ ਉਸ ਕੀ ਬਰ ਵਕਤ ਤੱਕਣੇ ਵਾਸਤੇ ਲੱਭੀ ਸਕੇ। ਸਲਾਮ ਅਲੈਕੁਮ ਭਾਈ ਸਾਹਿਬ, ਵੀਡੀਓ ਨਾ ਪਾਰਟ ਨੰਬਰ 1 ਆਵਾਮ ਬਹੁਤ ਜ਼ਿਆਦਾ ਤੱਕਿਆ, ਬਹੁਤ ਪਸੰਦ ਕੀਤਾ, ਕਾਫੀ ਸਾਰੇ ਦੋਸਤ ਅਖਬਾਬ ਅਜ਼ੀਜ਼ ਉਹ ਕਾਰੋ ਵੀ ਸੀ ਇੰਤਜ਼ਾਰ ਹੀ ਸਨ ਕਿ ਪਾਰਟ ਨੰਬਰ 2 ਬਣਾਇਆ ਜਾਏ। ਸਭ ਤੋਂ ਪਹਿਲਾਂ ਤਾਂ ਲੇਟ ਹੋਣ ਦੀ ਵਜ੍ਹਾ ਇਹ ਆ ਕਿ ਪੂਰਾ ਦਿਨ ਮਾਸ਼ਾਅੱਲਾ ਇਤਨੇ ਜ਼ਿਆਦਾ ਜਿਹੜੀ ਆਮਦੋ ਰਫਤ ਰਹਿਣੀ ਹੈ ਕਿ ਟਾਈਮ ਨਹੀਂ ਲੱਭੀ ਸਕਿਆ। ਦੂਜੇ ਨੰਬਰ ਪਰ ਪਰਸਨਲੀ ਤੁਸਾਂ ਕੀ ਵੀ ਕੋਈ ਕਾਲਜ ਵਗੈਰਾ ਆਈਆਂ? ਸਾਰੇ ਇਤਨੀਆਂ ਕਾਲ ਆਈਆਂ ਨੇ ਕਿ ਮੈਂ ਸੋਚ ਹੀ ਨਹੀਂ ਸਕਣਾ ਬਈ ਇਤਨੀ ਛੋਟੀ ਜਿਹੀ ਗੱਲਾਂ ਨੇ ਇਸ ਤਰ੍ਹਾਂ ਬਈ ਉਹ ਆਈ ਲਵ ਸੀ ਤਾਂ ਬਹੁਤ ਲੋਕਾਂ ਕਾਲ ਕੀਤੀਆਂ ਮੈਂ ਬਈ ਤੁਸਾਂ ਉਹਨਾਂ ਲੋਕਾਂ ਸਾਰਿਆਂ ਦੀ ਬਹੁਤ ਮਿਹਰਬਾਨੀ, ਬੜੇ ਅੱਛੇ ਉਹਨਾਂ ਕਮੈਂਟ ਦਿੱਤੇ, ਬੜੀ ਅੱਛੀਆਂ ਉਹਨਾਂ ਗੱਲਾਂ ਕੀਤੀਆਂ, ਬੜਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਇਹ ਅੱਜ ਦੂਸਰਾ ਪਾਰਟ ਮੈਂ ਕਿਹਾ ਜਿਹੜਾ ਦੂਸਰਾ ਪਾਰਟ ਕਿਆ ਜ਼ਿੰਦਗੀ ਨੇ ਹਿੱਸਾ ਮਿਹਨਤ ਕੀਤੀ ਸਟਰਗਲ ਕੀਤੀ ਉਸਨੇ ਵਿੱਚ ਅੱਲਾਹ ਤਾਲਾ ਮਿਹਰਬਾਨੀ ਕੀਤੀ। ਅੱਜ
ਪਹਿਲੀ ਜਿਹੜਾ ਅਸੀਂ ਨਾ ਇੰਟਰਵਿਊ ਸੀ ਅਸੀਂ ਜਰਨਲ ਪੂਰੀ ਜ਼ਿੰਦਗੀ ਡਿਸਕਸ ਕੀਤੀ। ਅੱਜ ਅਸਾਂ ਅਗਰ ਇਹ ਚੀਜ਼ ਦੱਸਾਂ ਆਵਾਮ ਕੀ ਕਿ ਅਸਾਂ ਜਿਹੜਾ ਉਹ ਪਰਸਨਲੀ ਆਪਣਾ ਕੰਮ ਕਦੋਂ ਸ਼ੁਰੂ ਕੀਤਾ ਸੀ, ਅਸਾਂ ਪਹਿਲੇ ਦੱਸਿਆ ਸੀ ਕਿ 1976 75-76 ਵਿੱਚ ਮੈਂ ਪਹਿਲੀ ਮਰਤਬਾ ਜਿਹੜਾ ਉਹ ਟਰੈਵਲ ਕੀਤਾ। ਜਿਹੜਾ ਇੰਡੀਵਿਜੁਅਲੀ ਕੰਮ ਹੈ ਉਹ ਕਦੋਂ ਸਟਾਰਟ ਹੋਇਆ ਔਰ ਕਿਸ ਤਰ੍ਹਾਂ ਸਟਾਰਟ ਹੋਇਆ? ਜਿਹੜਾ ਅਸੀਂ ਨਾ ਪਹਿਲੇ ਤਾਂ ਮੈਂ ਕਾਲਜ ਪੜ੍ਹਨਾ ਸਾਂ ਜਿਸ ਵੇਲੇ, ਉਸ ਵੇਲੇ ਬਜ਼ੁਰਗ ਸਾਡੇ ਕਾਰੋਬਾਰ ਕਰਨੇ ਸਨ, ਸਾਡੀ ਵੈਲੀ ਤਕਰੀਬਨ ਉਹਨਾਂ ਪਹਿਲੇ ਪੰਜਾਬ ਨਹੀਂ ਮਜ਼ਾ ਨਹੀਂ ਸ਼ੁਰੂ ਕੀਤਾ। ਠੀਕ ਹੈ। ਉਸ ਤੋਂ ਬਾਅਦ ਮੈਨੂੰ ਸ਼ੌਕ ਸੀ ਬਹੁਤ ਜ਼ਿਆਦਾ, ਮੈਂ 1982 'ਚ ਜਿਹੜਾ ਬਾਜ਼ਾਬਤਾ ਸ਼ੁਰੂ ਕੀਤਾ ਆਪਣਾ ਜਿਹੜਾ ਅਲੱਗ ਕਾਰੋਬਾਰ। ਉਸ ਰੇ ਵਿੱਚ ਮੇਰੇ ਖਿਆਲ 82 ਨੇ 2-3 ਮਹੀਨਾ ਸੀ ਜਿਹੜਾ ਸ਼ੁਰੂ ਕੀਤਾ। ਪਹਿਲੀ ਮਾਈ ਮੈਂ ਕਹਿੰਦੀ ਮੇਰੇ ਕੋਲ 700 ਰੁਪਈਆ ਸੀ ਟੋਟਲ ਜਿਸ ਤੋਂ ਸ਼ੁਰੂ ਕੀਤੀ। ਉਹ ਅੱਲਾਹ ਤਾਲਾ ਮਿਹਰਬਾਨੀ ਕੀਤੀ ਉਸਨੇ। ਪਰ ਅੱਜ ਵੀ ਯਾਦ ਹੈ ਕਿ ਪਹਿਲੀ ਮੰਝ ਕਿਹੜੇ ਬੰਦੇ ਕੋਲੋਂ ਕੀਤੀ ਸੀ? ਪਹਿਲੀ ਮੰਝ ਜਿਹੜੀ ਸੀ ਨਾ ਤਖਾਲਕ ਸ਼ਾਹ ਔਰ ਸਨ ਬਣਲੀ, ਉਹਨਾਂ ਕੋਲੋਂ ਕਹਿੰਦੀ 100-4,000। ਠੀਕ ਹੋਈ ਆ। ਉਸ ਮੱਝੀ ਵੀ ਨਫ਼ਾ ਵੀ ਦਿੱਤਾ ਉਹਨਾਂ ਨਾਲ, ਮੈਂ 6 ਮਹੀਨਿਆਂ ਨਾਲ ਕਾਰਾ ਕੀਤਾ। ਉਹ ਅੱਲਾਹ ਕੀਤਾ ਅਤੇ ਉਹ ਮੱਝ ਵਿਕੀ ਗਈ। ਤੀਸਰਾ ਚੌਥਾ ਦਿਨ ਮੈਂ ਉਹਨੇ ਘਰ ਪੈਸੇ ਦੇਣ ਗਿਆ, ਉਹ ਆਖਣਾ ਸੀ ਲੈਣੇ ਨਾ, ਮੈਂ 6 ਮਹੀਨਿਆਂ ਨੂੰ ਬਚਦਾ। ਮੈਂ ਅੱਜ ਤੁਸੀਂ ਪੈਸੇ ਲੈ ਲਓ, ਮੈਂ ਮੇਰੇ ਕੋਲ ਹੈ ਨਾ ਪੈਸੇ। ਬਹਰਹਾਲ ਉਹ ਮੈਂ ਚੁੱਕੋ 10 ਰੁਪਏ ਦੇਣਾ ਸੀ, ਮੈਂ ਲੈ ਲੈਣਾ ਸੀ। ਉਹਲੇ 100 ਰੁਪਇਆ ਨਫ਼ਾ ਹੋਣਾ ਸੀ ਜਾਂ 200 ਹੋਣਾ ਸੀ ਜ਼ਿਆਦਾ ਜ਼ਿਆਦਾ, 500 ਤਾਂ ਕਿਸੇ ਮਜੀ 'ਚੋਂ ਬਚਣਾ ਸੀ। 10 ਲੱਭੇ 20 ਲੱਭੇ, ਮੈਂ ਦਿਹਾੜੀ ਜਿਹੜੀ ਵੀ ਲੈ ਆਉਣੀ ਦੇਈ ਛੋੜੀ, ਸ਼ਾਮੀ ਦੇਈ ਕੇ ਤਾਂ ਉਹ ਸਵੇਰਾ ਹੋਰ ਲੈ ਆਉਣੀ। ਉਹ ਤਕਰੀਬਨ 1 ਮਹੀਨੇ 'ਚ ਮਾੜਾ ਕੋਲ 1,650 ਰੁਪਇਆ ਹੋ ਗਿਆ। 1,650 ਜਿਹੜਾ ਸੀ ਉਹ ਤਾਂ 4 ਮੱਝੀ ਲੱਭਣੀਆਂ ਸਨ 5, ਬਸ ਉਸਨੇ ਵਿੱਚ 7-8 ਮਹੀਨੇ ਤੋਂ ਬਾਅਦ ਮੇਰੇ ਕੋਲ 80,000 ਰੁਪਇਆ ਹੋਇਆ। ਜਿਹੜਾ 80,000 ਹੋਇਆ ਉਸ ਵੇਲੇ ਤਾਂ ਫਿਰ ਬਹੁਤ ਪੈਸੇ ਸੀ, 5-10 ਦਾ ਨੋਟ ਸੀ, 500 ਨੂੰ ਤਾਂ ਮੇਰੇ ਖਰਚ ਐਸੀ ਜਾਂ ਨਹੀਂ ਸੀ, ਹੁਣ ਮੈਂ ਸਹੀ ਨਹੀਂ ਯਾਦ, ਲੇਕਿਨ ਜ਼ਿਆਦਾਤਰ 5-10 ਨਾਲ 50 ਨਾਲ 100 ਨੂੰ ਹੀ ਨੋਟ ਸੀ। ਉਸਨੇ ਵਿੱਚ ਤਕਰੀਬਨ ਜਿਹੜਾ ਨਾ 8 ਮਹੀਨੇ ਤੋਂ ਬਾਅਦ ਮੇਰੇ ਕੋਲ 80,000 ਰੁਪਈਆ ਹੋਈ। ਜਿਸ ਟਾਈਮ 1982 'ਚ ਬਿਜ਼ਨਸ ਸ਼ੁਰੂ ਹੋਇਆ, ਅਗਰ ਜਰਨਲੀ ਆਪਣੀ ਵੇਲੀ ਦੀ ਗੱਲ ਕੀਤੀ ਜਾਏ ਤਾਂ ਕਿਹ ਕੰਡੀਸ਼ਨ ਸੀ ਇੱਥੇ? ਨਹੀਂ ਰੋਡਾਂ ਨਹੀਂ ਬਾਕੀ ਚੀਜ਼ਾਂ ਨਹੀਂ? ਜਿਸ ਵੇਲੇ 75-76 'ਚ ਤਾਂ ਤਕਰੀਬਨ ਸੜਕਾਂ ਸਾਰੀਆਂ ਕੱਚੀਆਂ ਸਨ। ਇਹ ਸਾਡੀ ਜਿਹੜੀ ਸੜਕ ਹੈ ਮੈਨ ਰੋਡ ਆ ਕੋਟਲੀ ਵਾਲੀ, ਤਕਰੀਬਨ ਇਹ ਡੂੰਘੀ ਤੱਕ ਰਹਿ ਸੀ ਪਿੱਛੇ ਪੱਕੀ, ਇਸ ਦੀ ਅੱਗੇ ਇਹ ਵੀ ਕੱਚੀ ਸੀ। ਡੂੰਘੀ ਮੱਝੀ ਲਾਈ ਕੇ ਤਾਂ ਉੱਥੋਂ ਅਸਾਂ ਪੈਦਲ ਇੰਨਾ ਕਿ ਟੋਰੀ ਕੇ ਆਉਂਦੇ ਸਾਂ, ਅਗਰ ਬਾਰਿਸ਼ ਹੋਈ ਜਾਏ ਤਾਂ, ਬਾਰਿਸ਼ ਨਾ ਹੋਇਆ ਤਾਂ ਫਿਰ ਗੱਡੀ ਆ ਹੀ ਜਾਣੀ ਸੀ। ਕਿਤਰੀ ਵਾਰੀ ਅਸਾਂ ਨੰਘਾਲਾ ਵਾਲੇ ਰਸਤੇ ਆਇਆ, ਝੜੋਈ ਤੱਕ ਪੱਕੀ ਸੀ ਪਿੱਛੋਂ, ਅੱਗੋਂ ਇੱਧਰੋਂ ਵੀ ਕੱਚੀ ਸੀ। ਫਿਰ ਕਈ ਕਿਤਨੀ ਦਫ਼ਾ ਅਸਾਂ ਖੁਰਟਾ ਸ਼ਹਿਰ ਅੱਜ ਰਾਤੀ ਬਾਰਿਸ਼ ਹੋਈ ਗਈ, ਉੱਥੇ ਹੀ ਮੱਝੀ ਲਾਈਆਂ, ਉੱਥੋਂ ਫਿਰ ਟੋਰੀ ਕਦੇ ਸਵੇਰੇ ਆਉਂਦੇ ਸੀ। ਤਕਰੀਬਨ ਸਾਡੀ ਵੈਲੀ ਦੀਆਂ ਸਾਰੀਆਂ ਸੜਕਾਂ ਕੱਚੀਆਂ ਸਨ। ਇਹ ਤਾਂ 80 ਤੋਂ ਬਾਅਦ ਫਿਰ ਉਹ ਅੱਲਾ ਮਿਹਰਬਾਨੀ ਕੀਤੀ, ਲੋਕ ਬਾਹਰ ਅੰਦਰ ਗਏ, ਇਹ ਸੜਕਾਂ ਪਰ ਆਸਤਾ ਆਸਤਾ ਪੱਕੀਆਂ ਹੋਣੀਆਂ ਸ਼ੁਰੂ ਹੋਈਆਂ। ਮੈਂ ਮੋਟਰਸਾਈਕਲ ਸਨ 82 'ਚ ਕਿੱਦਾਂ 8,000 ਰੁਪਏ ਸਾਰੇ ਉਲਾ, ਤਕਰੀਬਨ ਵੈਲੀ 5-4 ਮੋਟਰਸਾਈਕਲ ਸਨ ਜਿਹੜੇ 5 ਜਾਂ 4 ਸਨ। ਅਗਰ ਉਹ ਫਿੰਗਰ ਟਿਪਸ ਪਰ ਯਾਦ ਵੈਣ ਕੇ ਕਿਹੜੇ ਕਿਹੜੀਆਂ ਬੰਦਿਆਂ ਕੋਲ ਸਨ? 2 ਖੇਟਾ ਸੁਨਿਆਰਿਆਂ ਕੋਲ ਸਨ, ਅਤੇ 1 ਦਾਊਦ ਪਠਾਨ ਹੋਣਾ ਸੀ ਤਾਂ ਉਸ ਕੋਲ ਸਨ, 1 ਡਾਕਟਰ ਰਫੀਕ ਸੀ ਬਈ ਥਲੇ ਉਸ ਕੋਲ ਸੀ, ਬਾਕੀ ਮੇਰੇ ਕੋਲ ਸਹੀ ਨਹੀਂ ਲੱਗਣੀ ਜਾਂ 5-6-7 ਉਹ ਉਸ ਨੂੰ ਕਨਸੈਪਟ ਹੀ ਕੌਣ ਸੀ ਮੋਟਰਸਾਈਕਲਾਂ ਨਾਲ, ਕੱਚੀ ਸੜਕ ਸੀ, ਕੱਚੀ ਸੜਕਾਂ 'ਚ ਜਦੋਂ ਬਾਰਿਸ਼ ਹੋਈ ਤਾਂ ਖਲਾਈ ਦਾ। ਔਰ ਜਿਹੜਾ ਮੋਟਰਸਾਈਕਲ ਅਸਾਂ ਹੀ ਕਿਹੜੇ ਬੰਦੇ ਕੋਲ ਹੀ? ਉਹ ਇੱਕ ਪੜਾਟੀ ਨਾ ਮੁੜਾ ਸੀ ਇਸ ਮੀਰਪੁਰੋਂ ਆਉਂਦਾ, ਪਤਾ ਨਹੀਂ 8,000 ਰੁਪਏ ਨਾਲ ਮੈਂ ਪਹਿਲਾਂ ਕਹਿੰਦਾ ਉਸਨਾ ਕੋਈ ਸਰਦਾਰ ਹੈ ਪਤਾ ਨਹੀਂ ਕਿਆ ਨਾਂ ਸੀ ਉਸਨੂੰ, ਲੇਕਿਨ ਉਹ ਮੈਂ ਉੱਥੇ ਤੱਕਿਆ ਤਾਂ ਪਹਿਲੀ ਦਫ਼ਾ ਮੈਂ ਉਸ ਪੁੱਛਿਆ ਕਿਤਨੇ ਪੈਸੇ ਨੂੰ ਸਾਇਆ ਜਿਹੜਾ ਸਾਨੂੰ 10,000 ਰੁਪਇਆ ਲੈਣਾ, ਮੈਂ ਕਿਹਾ 8 ਲੈ ਲਿਆ ਉਸ 8 ਬੜਾ ਪਹਿਲਾਂ ਦਿੱਤਾ, ਨਹੀਂ ਤਾਂ ਉਸਨੂੰ ਪਤਾ ਨਹੀਂ ਸੀ ਚਲਾਉਣੇ ਨਾ, ਫਿਰ ਆਸਤੇ ਆਸਤੇ ਜਿਸ ਟਾਈਮ ਬਾਈਕ ਕੀਤਾ ਉਸ ਟਾਈਮ ਚਲਾਉਣੇ ਨਾ ਨਹੀਂ ਸੀ ਪਤਾ।
ਕਨਸੈਪਟ ਹੀ ਕੌਣ ਸੀ ਮੋਟਰਸਾਈਕਲਾਂ ਨੂੰ, ਮੈਂ ਸਭ ਵੇਖਲ ਸੀ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਹੈ ਸੀ ਕੋਈ ਗੱਡੀ, ਕੋਈ ਕੋਈ ਬੱਸ ਹੈ ਸੀ ਜਾਂ ਕੋਈ ਗੱਡੀ ਲੈਂਡ ਓਵਰ ਸੀ, ਉਹ ਕਦੇ ਕੁਦੇ ਜਾਣ ਸੀ, ਬਾਕੀ ਸਫ਼ਰ ਸਾਰੇ ਪੈਦਲ ਹੀ ਸਨ ਉਸ ਵੇਲੇ। ਉਲੇ ਆਮ ਰੂਟੀਨ ਵਿੱਚ 1990s ਨਹੀਂ ਦਹਾਈ ਨਹੀਂ ਅਗਰ ਮੈਂ ਗੱਲ ਕਰਾਂ ਤਾਂ ਜ਼ਿਆਦਾ ਜਨਵਰ ਅਸਨੀ ਵੈਲੀ 'ਚ ਕਿਹੜੀ ਤਰਫ ਲੋਕ ਖੜ੍ਹਨੇ ਸਨ? ਜ਼ਿਆਦਾ ਜਿਹੜਾ ਸੀ ਨਾ ਉੱਪਰਲਾ ਜਿਹੜਾ ਸੀ ਨਾ ਗਹੀਆਂ ਲਾ ਗਿਰਜਾਈ ਹੈ, ਜਿਹੜਾ ਪਹਾੜੀ ਇਲਾਕੇ ਲੋਕ ਨਵੇਂ ਨਵੇਂ ਬਾਹਰ ਗਏ ਉਹਨਾਂ ਦੀ ਦੁੱਧਾਰੀ ਜ਼ਰੂਰ ਸੀ। ਇੱਧਰ ਬਣਾ ਅੱਜ ਤਾਂ ਕੋਈ ਲੱਸੀ ਸੱਸੀ ਹਰ ਬੰਦੇ ਕੋਲ ਮੱਝ ਇੱਕ ਇੱਕ ਦੋ ਦੋ ਆਇਆ ਸੀ, ਜ਼ਿਆਦਾਤਰ ਉੱਪਰਲੇ ਇਲਾਕੇ 'ਚ ਮੱਝ ਵਿਕਣੀ ਸੀ, ਵਿਕਣੀ ਵੀ 200 ਵੱਧ ਸੀ, 100-200 ਵੱਧ ਵਿਕੀ ਜਾਣੀ ਸੀ, ਮੱਝ ਉਹ ਚੰਗੀ ਕਿੰਨੀਆਂ ਸਨ। ਲੋਕ ਬਾਹਰ ਗਏ ਉੱਠੀ, ਉਹ ਲੋਕ ਸਾਡੇ ਤੋਂ ਪਹਿਲੇ ਬਾਹਰ ਗਏ, ਉਹਨਾਂ ਉੱਥੇ ਮਿਹਨਤ ਮਜ਼ਦੂਰੀ ਕੀਤੀ, ਉਹ ਮਿਹਨਤ ਮਜ਼ਦੂਰੀ ਕਰੀ ਕਿ ਉਹ ਪੈਸੇ ਭੇਜਣ ਘਰ ਅਤੇ ਮੱਝ ਦਾ ਇੱਕ ਸਾਲ ਗੁਜ਼ਾਰਾ ਕਰਨੀ ਸੀ। ਉਹ ਲੋਕ ਬੜੀ ਸ਼ੌਕ ਨਾਲ ਮੱਝ ਉਸ ਵੇਲੇ ਕਿੰਨੇ ਸੀ, ਹੁਣ ਤਾਂ ਜਿਹੜੇ ਉਸ ਨੂੰ ਉੱਪਰ ਨੇ ਲੋਕ ਸਾਰੇ ਸ਼ਹਿਰਾਂ 'ਚ ਲੱਗੇ ਗਏ, ਉਹਨਾਂ ਮਿਹਨਤ ਕੀਤੀ, ਬਾਹਰ ਕੋਈ ਕੋਟਲੀ ਗਿਆ, ਕੋਈ ਮੀਰਪੁਰ ਗਿਆ, ਕੋਈ ਪਿੰਡੀ ਲਾ ਗਿਆ, ਜ਼ਿਆਦਾਤਰ ਉਹ ਲੋਕ ਜਿਹੜੇ ਸਨ ਉਹ ਹੁਣ ਬਾਹਰ ਲੱਗੇ ਗਏ। ਹੁਣ ਤਾਂ ਖੈਰ ਉਤਰਾ ਨਹੀਂ ਕਨਸੈਪਟ ਉੱਧਰ ਮੱਝੀ ਨਾ, ਪਰ ਉਸ ਵੇਲੇ ਮੱਝ ਸ਼ੌਕ ਨਾਲ ਅਤੇ ਸਾਰੇ ਉਹ ਬਹੁਤ ਜ਼ਿਆਦਾ ਖਰੀਦ ਰਹੇ ਸਨ। ਔਰ ਦੂਰ ਨਜ਼ਦੀਕ ਨਹੀਂ ਅਗਰ ਗੱਲ ਕੀਤੀ ਜਾਏ ਕਿ ਉਸ ਦੌਰ ਵਿੱਚ ਕੀਆਂ ਕਿ ਕੰਮ ਪਿਆਦਲ ਸੀ, ਜਾਨਵਰ ਕਿਹੜੇ ਕਿਹੜੇ ਰੀਜਨ ਜਿੱਤੇ ਨੂੰ ਕਿਹੜਾ ਕਿਹੜਾ ਸਫ਼ਰ ਪਿਆਦਲ ਕੀਤਾ ਜਿਹੜਾ ਅੱਜ ਵੀ ਯਾਦ ਹੈ? ਜਿਹੜਾ ਇੱਥੋਂ ਮੈਂ ਪੈਦਲ ਟੁਰੀ ਡੂੰਘੀ ਵਿੱਚ ਸਗਿਆਵਾਂ ਵਿੱਚ ਅਤੇ ਥਰੋਚੀ ਜਾਣਾ ਸੀ ਪੈਦਲ ਹੀ, ਕਿਉਂ ਗੱਡੀ 'ਚ ਜਾਣੀ ਬੱਸ ਜਾਣੀ ਸੀ, ਲੇਕਿਨ ਬੱਸ 3 ਘੰਟੇ 4 ਲਾਉਣੀ ਸੀ, ਜਿੱਚ ਰੋਜ਼ ਜਾਣੀ ਚਿਰ ਮੈਂ ਪਹਿਲੇ ਪਹੁੰਚ ਜਾਣਾ ਸੀ। ਇੱਥੋਂ ਮੁੜੀ ਕਦੇ ਛਰੋਤੀ 'ਚ ਟੁਰਨਾ ਅਤੇ ਨੜਕੋਟ ਵਿੱਚੇ ਵਿੱਚ ਪੈਦਲ ਸਫ਼ਰ ਕਰਨਾ, ਨੜਕੋਟ ਟੂ ਡੰਗਰ ਮੈਂ ਪੈਦਲ ਖਿੱਦਣੇ ਅਤੇ ਫਿਰ ਘਰ ਕੇ ਨਹੀਂ ਅਤੇ ਕੱਲ੍ਹ ਨੂੰ ਦਾਂ ਦਾ ਸਾਨੇ ਸਾਂ ਜੁੰਮੇ ਵਾਲਾ ਦਿਨ ਮੰਡੀ ਇੱਧਰ ਆਉਣੀ ਸੀ, ਜੁਮਰਾਤੀ ਖਾਰੀਆਂ ਉੱਥੋਂ ਮੱਝੀ ਮੱਝ ਇੱਕ ਅੱਧੀ ਆਉਣੀ ਸੀ ਪਹਿਲੇ ਸ਼ੁਰੂ 'ਚ, ਫਿਰ ਆਸ ਕੱਲ੍ਹ ਗੜੀ ਮੰਡੀ ਲੱਗਣੀ ਸੀ, ਉੱਥੋਂ ਦਾਂ ਦਾਣੇ ਉਹ ਚੜੋਈ ਲਾਉਣੇ ਵਜੇ ਅਸਾਂ ਕੋਟਲੀ 'ਚ ਇਸਨੇ ਸਾਂ ਤਾਂ ਰੁਪਈਆ 1500 ਲੱਗਣਾ ਸੀ ਕਿਰਾਇਆ, ਅਤੇ ਜੇ ਚੜੋਈ ਲਾਈ ਕਿੰਨੇ ਸਾਂ ਤਾਂ 700 ਲੱਗਣਾ ਸੀ, ਉੱਥੋਂ ਅਸਾਂ ਦਾਂਦ ਪੈਦਲ ਟੋਰੀ ਕਹਿ ਤੱਕ ਨਹੀਂ 700 ਰੁਪਈਆ ਸੇਵ ਕਰੀ, 700-800 ਰੁਪਇਆ ਬਚਾਉਣੇ ਵਾਸਤੇ ਅਸਾਂ ਕਿ ਉਹਨਾਂ ਚੜੋਈ ਲਾਉਣੇ ਸਾਂ, ਉੱਥੋਂ ਅਸਾਂ ਉਸ ਪੈਦਲ ਖੇਡਣਾ ਸਾਂ ਤਾਂ 1-1.5 ਘੰਟੇ 2 ਘੰਟਿਆਂ 'ਚ ਉਹ ਆਈ ਜਾਣੇ ਸਾਂ। ਪਰ ਉਸ ਵੇਲੇ ਤਾਂ ਕਾਰੋਬਾਰ ਜਿਹਾ ਸੀ ਨਾ ਬਹੁਤ ਮੁਸ਼ਕਲ ਸੀ, ਪੈਦਲ ਟੋਰੀ ਕਹਿ ਜਾਨਵਰ ਆਣਨੇ ਖੜ੍ਹਨੇ ਹਰ ਕੰਮ ਹੀ ਪੈਦਲ ਅਤੇ ਬਦਲ ਚੁੱਕਣਾ। ਹੁਣ ਤਾਂ ਖੈਰ ਆਸਾਨੀਆਂ ਅੱਲਾਹ ਤਾਲਾ ਮਿਹਰਬਾਨੀ ਕੀਤੀ, ਹਰ ਜਗ੍ਹਾ ਹਰ ਬੰਦੇ ਪਰ ਸੜਕਾਂ ਹੋਈ। ਇਤਨੀ ਜ਼ਿਆਦਾ ਮਿਹਨਤ ਤੋਂ ਬਾਅਦ ਅੱਜ ਮਾਸ਼ਾਅੱਲਾ ਇੱਕ ਅੱਛਾ ਸੈਟਅਪ ਹੈ, 30-35-40 ਜਾਨਵਰ ਐਟ ਆ ਟਾਈਮ ਹੋਣੇ, ਕਹਿ ਸਮਝਣੇ ਹੋ ਸਾਰਾ ਜਿਹੜਾ ਮਿਹਨਤ ਦਾ ਨਤੀਜਾ ਜਾਂ ਕੋਈ ਦੁਆਵੀਆਂ ਹੈ? ਇਸਦੇ ਵਿੱਚ ਜ਼ਿਆਦਾਤਰ ਗਰੀਬ ਲੋਕਾਂ ਦੀਆਂ ਦਵਾਈਆਂ ਹੋਣੀ, ਤੁਸਾਂ ਆਪਣਾ ਜਿਹੜਾ ਕਾਰੋਬਾਰ ਹੈ ਉਸ ਕੀ ਤੁਸੀਂ ਅੱਲਾ ਨਾਲ ਹਿੱਸਾ ਬਾਈਕ ਨੂੰ ਵਿੱਚ 1 ਰੁਪਈਆ ਬਹੁਤ, ਤੁਸੀਂ 1% ਬਹੁਤ, 2% ਬਾਈਕ ਨੂੰ ਤੁਸਾਂ ਆਪਣੇ ਕਾਰੋਬਾਰ 'ਚ ਅਗਰ ਤੁਸੀਂ ਇਹ ਫਿਕਸ ਕਰੀ ਕਰੋ ਕਿ ਮੈਂ ਇਹ ਅੱਲਾ ਨੇ ਰਾਹ ਨੇ ਵਿੱਚੋਂ ਦੇਣਾ, ਉਸਨੇ ਵਿੱਚ ਇਹ ਆਖਣੇ ਸਨ ਲੋਕ ਪਹਿਲੇ ਬਈ ਜੀ 10-1 ਰੁਪਈਆ ਦਿਓ ਤਾਂ 10 ਲੱਭਣਾ ਜਾਂ 100 ਲੱਭਣਾ। ਇਸ ਗੱਲਾਂ 'ਚ ਕੋਈ ਸ਼ੱਕ ਨਹੀਂ ਕਿ ਤੁਸਾਂ ਅਗਰ ਅੱਲਾ ਨਾਲ ਹਿੱਸਾ ਵਿੱਚ ਬੱਸ ਹੋ ਤਾਂ 1 ਰੁਪਏ ਨਾਲ ਬੱਸ ਹੋ ਤਾਂ ਤੁਸਾਂ ਕੀ 1000 ਲੱਭਸੀ, ਔਰ ਉਸਨੇ ਘਾਟਾ ਨਹੀਂ ਹੋਈ ਸਕਦਾ। ਅਤੇ ਜੇ ਤੁਸੀਂ ਸਾਰਾ ਕੁਝ ਆਖੋ ਵੀ ਮੈਂ ਆਪਣੇ ਜੋ ਜੇਬ ਵਿੱਚ ਬਣਾ ਜਾਂ ਫਿਰ ਗੱਲ ਨਹੀਂ, ਇਸ ਨੇ ਲੋਕਾਂ ਦੀਆਂ ਬਹੁਤ ਦਵਾਈ ਸਨ। ਮੈਂ ਅਗਰ ਕੋਈ ਬਜ਼ੁਰਗ ਇਹ ਗੱਲ ਆਉਣੇ ਸਨ ਬਈ ਯਾਰਾ ਜਿਹੜਾ ਪੈਸਿਆਂ ਵਾਲਾ ਬੰਦਾ ਹੈ ਉਸ ਕੋਲ ਤੁਸੀਂ ਅਗਰ ਮਾਈ ਵੇਚਣੀ ਤਾਂ ਉਸ ਕੋਲੋਂ ਤੁਸੀਂ 100-200 ਫਾਲਤੂ ਕਿਣੀ ਕਿਲੋ, ਜਿਹੜਾ ਮਾੜਾ ਬੰਦਾ ਉਸ ਕੋਲੋਂ 100-200 ਘੱਟ ਕਿਣੀ ਕਿਲੋ ਉਹ ਦਵਾ ਦੇਣਾ। ਔਰ ਅਸਾਂ ਉਸ ਗੱਲਾਂ ਪਰ ਅਮਲ ਕੀਤਾ, ਉਹ ਜਿਹੜੇ ਲੋਕ ਸਨ ਸਵੈਪੋ ਹੀ ਬੰਦਾ ਜਿਸ ਕੋਲ ਦੁੱਧ ਨਹੀਂ ਕੋਈ ਸ਼ੈ ਨਹੀਂ, ਅਗਰ ਉਸਕੀ ਮਾਈ ਦਿੱਤੀ ਹੈ ਤਾਂ ਉਹ ਜ਼ਹਿਰ ਦਵਾ ਹੀ ਦੇਣੀ ਹੋਣੀ ਹੈ। ਉਹਨਾਂ ਦਵਾਈਆਂ ਦਾ ਅਸਰ ਵੀ ਹੈ ਸੀ, ਕੁਝ ਮਿਹਨਤ ਵੀ ਹੈ ਸੀ, ਕੋਈ ਅੱਲਾਹ ਤਾਲਾ ਜਿਹੜਾ ਮਿਹਰਬਾਨੀ ਕਰਨਾ ਹੱਥ ਪਾਉਣਾ ਉਸ ਵੇਲੇ ਕੋਈ ਮੁਸ਼ਕਲ ਗੱਲ ਰਹਿਣੀ ਕੋਈ ਨਹੀਂ ਦੁਨੀਆ। ਪਰ ਸਭ ਤੋਂ ਮੇਨ ਚੀਜ਼ ਜਿਹੜੀ ਹੈ ਨਾ ਕਿ ਤੁਸੀਂ ਗਰੀਬ ਨਾਲ ਵਿੱਚ ਹਿੱਸਾ
ਵਿੱਚ ਸਦਕਾ ਵੀ ਖੁਰਾਤ ਹਰ ਚੀਜ਼ ਵਿੱਚ ਰੱਖੋ। ਉਹ ਤੁਸੀਂ ਕੁਝ ਪਰਸੈਂਟ ਭਾਵੇਂ ਦਿਓ, ਤੁਸੀਂ ਫਿਕਸ ਕਰੀ ਰਹੋ ਹੱਥ ਨੇ ਮੈਂ ਦੇਣਾ ਜ਼ਕਾਤ ਤੋਂ ਇਲਾਵਾ ਵੀ। ਉਹ ਅਗਰ ਤੁਸੀਂ ਦੇਸੋ ਤਾਂ ਤੁਸੀਂ ਘਾਟਾ ਨਹੀਂ ਹੋ ਸਕਦਾ, ਭਾਵੇਂ ਕਾਰੋਬਾਰ ਕੋਈ ਵੀ ਦੇ। ਅੱਜ ਨੇ ਦੌਰ ਵਿੱਚ 40-50 ਜਾਨਵਰ ਵੀ ਹੋਣੇ ਨੇ, ਇਹ ਬਾਜ਼ਾਰ 'ਤੇ ਖੁਦ ਅਸਾਂ ਖਰੀਦੀ ਤਾਰਨੇ ਹਾਂ ਜਾਂ ਕਿ ਉਸ ਜਗ੍ਹਾ ਪੰਜਾਬ ਵੱਲੋਂ ਅਸਾਂ ਨਾਲ ਕਾਫੀ ਸਾਰਿਆਂ ਲੋਕਾਂ ਕੀ ਇਹ ਹੈ ਕਿ ਉੱਥੇ ਇਹਨਾਂ ਨਾਲ ਡੇਰਾ ਜਿਸ ਜਗ੍ਹਾ ਪਰ ਖਾਂਗੜਾਂ ਮੰਜੀਆਂ ਜਾਣੀਆਂ, ਉੱਥੋਂ ਫਿਰ ਇਹ ਸੋਹਣੀਆਂ ਦੁਬਾਰਾ ਰਿਨਿਊ ਹੋਈ ਤਸ਼ਰੀਆਂ ਤਾਂ ਫਿਰ ਇੱਥੇ ਵਿਕਣੀਆਂ। ਨਹੀਂ ਅਸੀਂ ਕੋਈ ਨਹੀਂ ਗੱਲ, ਵੈਸੇ ਸ਼ੁਰੂ 'ਚ ਅਸਾਂ ਕੱਟੀਆਂ ਛੱਟੀਆਂ ਇੱਥੋਂ ਭੇਜੀਆਂ, ਕੋਈ 250 ਇੱਕ ਵਾਰੀ ਭੇਜੀ, ਕੋਈ 70-75 ਇੱਕ ਵਾਰੀ ਭੇਜੀਆਂ, ਲੇਕਿਨ ਉਹ ਜ਼ਾਇਆ ਹੋ ਜਾਣੀਆਂ। ਉੱਥੇ ਵੀ ਲੋਕ ਸਾਹਮਣੇ ਕੋਈ ਨਹੀਂ ਖਾਸ, ਉਹ ਕੋਈ ਤਾਂ ਉਹ ਖਾਈਏ ਤਾਂ ਕੁਝ ਸਾਡਾ ਕੋਲ ਆਈਆਂ, ਉਹ ਜਿਹੜੀਆਂ ਕੋਈ ਤਰ੍ਹਾਂ ਨਹੀਂ ਸੀ, ਉਹ ਫਿਰ ਉਸਨੇ ਫਾਇਦਾ ਕੋਈ ਨਹੀਂ ਸੀ, ਕੁਝ ਮਰੀ ਗਲੀ ਜਾਣੀਆਂ ਸਨ, ਜ਼ਿਆਦਾ ਨਵੀਆਂ ਹੀ ਨਹੀਂ ਸਨ ਹੋਣੀਆਂ, ਉਹ ਫਿਰ ਅਸਾਂ ਛੋੜ ਦਿੱਤੀਆਂ ਉੱਧਰ ਦੇਣੀਆਂ। ਇਹ ਤਾਂ ਉੱਥੇ ਹੈ ਸਹੀ ਹੈ ਡੇਰਾ, ਲੇਕਿਨ ਉਹ ਡੇਰਾ ਇਸ ਤਰ੍ਹਾਂ ਨਹੀਂ ਕਿ ਉਹ ਉੱਥੇ ਅਸਾਂ ਮੱਝੀ ਛੋੜੀਆਂ ਜਾਂ ਕੱਟੀਆਂ ਛੋੜੀਆਂ, ਉਹ ਉੱਥੇ ਨੇ ਬੰਦੇ ਜਿਹੜੇ, ਮੈਂ ਦੋ ਮੰਡੀਆਂ ਆਪੇ ਜਾਣਾ ਜੀਜਾ ਬੰਦੀ ਉਖਾੜਾ, ਬਾਕੀ ਉੱਥੋਂ ਉਹ ਪਿੰਡ ਨੇ ਜਿਹੜੇ ਬੰਦੇ ਨੇ ਤਾਂਦਲੇ ਨੇ, ਉਹ ਮੱਝੀ ਦਿਹਾੜੀ ਪਿੰਡਾਂ 'ਚੋਂ ਖਰੀਦਣੇ, ਉਹਨੇ ਅਸ ਪ੍ਰੋਫਿਟ ਦੇਣੇ ਆ, ਮੱਝੀ ਬਕਾਰ ਹੋਣੇ ਆਸਾਨੀਆਂ ਹੋਈ ਗਈਆਂ, ਜਿਹੜੇ ਪੈਸੇ ਦਿਹਾੜੀ ਲੱਭਣੇ ਅਸਾਂ ਸ਼ਾਮੀ ਆਨਲਾਈਨ ਕਰੀ ਛੋੜਨੇ, ਮੱਝੀ ਅਗਰ ਸਵੇਰ ਸ਼ਾਮ ਦਿਹਾੜੀ ਵਿਕੇ ਗਈਆਂ ਤਾਂ ਸਵੇਰਾ ਹੋਰ ਆ ਜਾਣੀਆਂ, ਉਹ ਪ੍ਰੋਬਲਮ ਵਾਲੀ ਗੱਲ ਹੁਣ ਕੋਈ ਨਹੀਂ ਰਹੀ। ਕਿ ਬਾਜ਼ਾਰ 'ਤੇ ਖੁਦ ਇੱਥੋਂ ਪੈਸੇ ਘਿਨੀ ਤਾਂ ਜਾਣਾ ਤਾਂ ਉੱਥੋਂ ਜਾਨਵਰ ਖਰੀਦੀ ਤਾਂ ਆਉਂਦਾ, ਉਹ ਕੰਮ ਨਹੀਂ ਰਿਹਾ, ਉਹ ਨਹੀਂ ਰਿਹਾ। ਉਸ ਵੇਲੇ ਤਾਂ ਅਸਾਂ ਕਿਤਨੀ ਮੁਸ਼ਕਲ ਨਾਲ ਪੈਸੇ ਛੁਪਾਈ ਕੇ ਖੜਨੇ ਪੈਣੇ ਸਨ, ਕਿ ਇੱਕ ਮੈਂ ਉਹ ਬਸ ਨਹੀਂ ਜੀ ਸਵਾਈ ਸੀ ਕੱਪੜੇ ਨਹੀਂ, ਤਾਂ ਉਹ ਮੈਂ ਲੱਕਿਆ ਨਾ ਆਈਆਂ ਥੱਲੇ ਬੰਨੀ ਕਿੰਨਾ ਸਾਂ, ਅਤੇ ਬਈ ਕਿਤੇ ਜ਼ਾਹਿਰ ਨਾ ਹੋਣ ਪੈਸੇ ਸਾਹਮਣੇ, ਅਤੇ ਬੋਲਿਆ ਤਾਂ ਬਹੁਤ ਮੁਸ਼ਕਲ ਗੱਲ ਸੀ, ਸਾਰੀ ਸਾਰੀ ਰਾਤ ਜਾਗਣਾ ਵਾ, ਕੋਈ ਪੈਸੇ ਨਾ ਜਾਣਿਆ ਗੱਡੀ ਕਿੰਨਾ, ਹੁਣ ਤਾਂ ਆਸਾਨੀਆਂ ਹੋ ਗਈਆਂ, ਪੈਸੇ ਆਨਲਾਈਨ ਹੋ ਜਾਣੇ, ਮੱਝੀ ਸਵੇਰਾ ਹੋਰ ਆ ਜਾਣੀਆਂ, ਹੁਣ ਤਾਂ ਪਰੇਸ਼ਾਨੀ ਵਾਲੀ ਤਾਂ ਗੱਲ ਹੀ ਕੋਈ ਨਹੀਂ। ਕਾਮਯਾਬੀ ਨੇ ਇਸ ਸਫ਼ਰ ਵਿੱਚ ਕਿਹੜਿਆਂ ਕਿਹੜਿਆਂ ਬੰਦਿਆਂ ਨਾਲ ਸਮਝਣੇ ਹੋ ਕੇ ਕੰਟਰੀਬਿਊਸ਼ਨ ਹੈ ਜਿਹਨਾਂ ਸਾਥ ਦਿੱਤਾ? ਤਕਰੀਬਨ ਜੀ ਬੰਦਾ ਕੋਈ ਹਰ ਬੰਦੇ ਨਾਲ ਅਸਾਂ ਤਾਂ ਅੱਛੇ ਤਰੀਕੇ ਨਾਲ ਮਤਲਬ ਬਹਿ ਰਹੇ ਹਾਂ, ਤਾਂ ਬੰਦੇ ਕਿਸੇ ਵੀ ਕੋਈ ਡੈਮੇਜ ਨਹੀਂ ਕੀਤਾ ਜੀ, ਬਾਕੀ ਤਾਂ ਕਿਸੇ ਨੀਅਤ ਜ਼ਾਹਿਰ ਕੀਤੀ ਤਾਂ ਕਿਸੇ ਨੇ ਆਪਣੀ ਸੀ, ਅਸਾਂ ਮਿਹਨਤ ਕੀਤੀ ਅੱਛੇ ਤਰੀਕੇ ਨਾਲ ਉਸਕੀ ਚੱਲਿਆ, ਤਾਂ ਅੱਲਾਹ ਤਾਲਾ ਉਸਨੇ ਬਹੁਤ ਬਰਕਤ ਪਾਈ। ਕਾਫੀ ਉਹ ਪਹਿਲੀ ਜਿਹੜੀ ਗੱਲ ਉਦਣ 76-75 ਨਹੀਂ ਕਰਨਾ, ਜਿਲ੍ਹਾ ਮੈਂ ਜੀਜਾ ਵਤਨੀ ਗਿਆ ਅਤੇ ਇੱਥੋਂ ਤਾਂ ਮੈਂ ਲਗਾ ਗਿਆ, ਲੇਕਿਨ ਬੜੀ ਉਮਰ ਸੀ 15-16 ਸਾਲ, ਮੈਂ ਵਿੱਚੋਂ ਡਰਾਂ ਘੱਲਿਆ ਗਿਆ ਜੀਜਾ ਵਤਨੀ, ਉੱਥੇ ਉਹਦੇ ਪਿੰਡਾਂ 'ਚ ਉੱਧਰ ਵੀ ਪੰਜਾਬ ਵੀ ਬਿਜਲੀ ਕੋਈ ਨਹੀਂ ਸੀ, ਮੈਂ ਜਿਹੜੇ ਸ਼ਹਿਰਾਂ 'ਚ ਗਿਆ ਜੀਜਾ ਪਤਨੀ ਤੱਕਣਾ ਬਈ ਕਿਹੜੇ ਸਟਾਫ ਨੂੰ ਕਿਸੇ ਪੁੱਛਾਂ ਵੀ ਨਾ, ਡਰਾਂ ਵਿੱਚੋਂ ਬਈ ਇਹਨਾਂ ਵੈ ਕੋਈ ਪੈਸੇ ਹੀ ਕੱਢੀ ਕਿੰਨੇ ਮਾੜੇ। ਜਿਹੜੇ ਸ਼ਹਿਰਾਂ 'ਚ ਗਏ ਹਾਂ ਤਾਂ ਉੱਥੋਂ 10 ਰੁਪਏ ਟਾਂਗੇ ਲਈ ਦਿੱਤੇ, ਉਹਨੇ ਪੁੱਛਿਆ ਮੈਂ ਮਾਲ ਮੰਡੀ ਕਿੱਥੇ ਲੱਗਣੀ, ਉਹਨੇ ਆ ਜੀ ਮਾਲ ਮੰਡੀ 10 ਰੁਪਏ ਲੈਸ, 10 ਰੁਪਏ ਦਿੱਤੇ ਮਾਲ ਮੰਡੀ ਗਿਆ, ਉੱਥੋਂ ਉਹਨਾਂ ਗੈਸ ਵਾਲੇ ਉਸਨੂੰ ਦੋ ਬੰਦਿਆਂ ਮੰਡੀ ਜਿਹੜੇ ਹੋਟਲਾਂ ਵਾਲੇ ਸਨ, ਬੰਦੇ ਸਣੀ ਇੱਕ ਗੈਸ ਤਾਂ ਸਾਲੀ ਹੇਠਾਂ ਅਤੇ ਇੱਕ ਰਹਿਣਾ ਸੀ ਉਸੀ, ਮੈਂ ਯਾਰ ਇਹ ਮੰਜੀ ਕੋਈ ਦੇ, ਉਸ ਜੀ ਮੰਜੀ ਤਾਂ ਮੇਰੇ ਕੋਲ ਕੋਈ ਨਹੀਂ, ਮੈਂ ਬੜਾ ਪਰੇਸ਼ਾਨ ਹੋਇਆ, ਮੈਂ ਰਾਤੀ ਕਿਸੇ ਸੈਸਾਂ ਤਾਂ ਕਿੱਥੇ ਸੈਸ, ਉੱਥੇ ਇੱਕ ਬੰਦਾ ਸੀ ਵਕਫੀਅਤ ਵੀ ਬੜੀ ਚੰਗੀ ਚੀਜ਼ ਹੋਣੀ, ਤਲਕ ਬੜੀ ਦੁਨੀਆ ਪਰ ਸਭ ਤੋਂ ਚੰਗੀ ਗੱਲ ਹੈ, ਸਾਡੇ ਬਜ਼ੁਰਗ ਇੱਥੇ ਮੰਡੀ ਲੱਗੀ ਸੀ, ਉਹਲੇ ਮੰਗਲਾਰੇ ਲੱਗਣੀ ਸੀ, ਇੱਥੇ ਇੱਕ ਬੰਦਾ ਸੀ ਨਾ ਉਸ ਸਾਈਂ ਪਿੰਨੂ ਨਾ ਸੀ ਚਕਸਵਾਰੀ ਨਾ ਸੀ, ਉਸ ਮੀ ਜਿਹੜਾ ਮੈਂ ਬਜ਼ੁਰਗਾਂ ਨਾਲ ਕਦੇ ਕੁਦਰੇ ਜਿੱਦਣ ਛੁੱਟੀ ਪਿਆ ਤਾਂ ਲਗਾ ਜਾਣਾ ਸਾ ਮੰਡੀ 'ਚ, ਉਹ ਸਾਈਂ ਪਿੰਨੂ ਵੀ ਤੱਕਿਆ ਜੀ, ਤਾਂ ਉਸ ਆਖਿਆ ਵੀ ਤੂੰ ਕਿੱਧਰ ਆਏ ਯਾਰ, ਇੱਥੇ ਤਾਂ 50 ਰੁਪਏ ਬੱਚਾ ਬੰਦਾ ਮਾਰੀ ਛੁੱਟਣੇ, ਤੂੰ ਇਤਨੇ ਪੈਸੇ ਚੁੱਕੀ ਲਗਾਏ, ਮੈਂ ਜੀ ਉਦੋਂ ਆਈ ਗਿਆ, ਉਸ ਆਪਣੇ ਦੋ ਮੁਲਾਜ਼ਮ ਸਨ ਉਹ ਠਾਲੇ ਕਿਧਰੇ ਉਹ ਗਏ ਜੇ ਸੁੱਤੇ, ਉਸ ਵਿਚਾਰੇ ਅਸਾਂ ਨਾਲ ਬੜੀ ਓਪਰੇਸ਼ਨ ਕੀਤਾ, ਸਵੇਰੇ ਉੱਠੀ ਮੁੜੇ ਨਾਲ ਲਾਏ, ਮੱਝੀ ਘਿਣੀਕਾ ਦਿੱਤੀਆਂ, ਆਪਣੀ ਖੁਰਲੀ ਪੁਰਾਣੀ ਵੱਧੀਆਂ, ਸ਼ਾਮੀ ਗੱਡੀ ਕਰ ਦਿੱਤੀ, ਗੱਡੀ 'ਚ ਬਾਈ ਕਹਿਤਾ ਉਸ ਅਸਾਂ ਕੀ ਮੱਝੀ ਟੋਰਿਆ ਉੱਥੋਂ, ਫਿਰ ਜੇਲ੍ਹ ਮਾਣੇ ਤਾਂ ਮੱਝੀ ਲਈਆਂ ਤੂੰ ਉੱਥੋਂ ਮੁੜੀ ਘਰ ਆਇਆ, ਪਰ ਉਹ ਵਾਕਿਆ ਜਿਹੜਾ ਮੈਂ ਭੁੱਲਾਂ ਨਹੀਂ ਕਿ ਅਗਰ ਉਸਦੇ ਨਾ ਉਹ
ਬੰਦਾ ਵਾਕਫ ਨਾ ਲੱਭਣਾ ਤਾਂ ਮੇਰੇ ਵਾਸਤੇ ਬਹੁਤ ਮੁਸ਼ਕਿਲ। ਭਾਈ ਸਾਹਿਬ, ਅਗਰ ਇਹ ਗੱਲ ਕੀਤੀ ਜਾਏ ਕਿ ਇੱਕ ਆਮ ਪਬਲਿਕ ਜਿਹੜੀ ਹੈ, ਕੋਈ ਬੰਦਾ ਇਹ ਬਿਜ਼ਨਸ ਕਰਨਾ ਚਾਹਣਾ ਮਵੇਸ਼ੀਆਂ ਦਾ, ਉਸ ਵਾਸਤੇ ਯੂਜ਼ਫੁਲ ਟਿਪ ਅਤੇ ਟ੍ਰਿਕਸ ਜਿਹੜਾ ਉਹ ਤਜਰਬੇ ਦੀ ਬੁਨਿਆਦ ਪਰ ਕਹਿਣ ਜੀ ਕਿ ਤੁਸੀਂ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਇਸਨੇ ਦਿਆਨਦਾਰੀ ਹੈ, ਕੋਈ ਹੋਰ ਚੀਜ਼ ਨਹੀਂ ਹੈ ਕਿ ਤੁਸੀਂ ਇੱਕ ਚੀਜ਼ ਹੋਰ ਹੈ ਦੱਸੋ ਹੋਰ ਜਿਹੜਾ ਉਹ ਜਿਸ ਵੇਲੇ 4 ਘੰਟੇ 6 ਤੋਂ ਬਾਅਦ ਗੱਲ ਜ਼ਾਹਿਰ ਹੋ ਜਾਏ ਸੀ ਘਰ ਹੀ ਸ਼ਾਮ, ਜਿਸ ਵੇਲੇ ਉਹ ਤੁਸਾਂ ਨਹੀਂ ਜ਼ਾਹਿਰ ਹੋ ਗਿਆ ਸੀ ਅਤੇ ਤੁਸੀਂ ਬਦਨਾਮ ਉਸ ਉਹਨੂੰ ਠੀਕ ਰਹਿੰਦੇ, ਉਸਨੇ ਕਾਰੋਬਾਰ ਨਹੀਂ ਚੱਲੀ ਸਕਣਾ। ਅਗਰ ਤੁਸੀਂ ਸਹੀ ਤਰੀਕੇ ਨਾਲ ਇਮਾਨਦਾਰੀ ਨਾਲ ਕਰਸੋ, ਤੁਸੀਂ ਪ੍ਰੋਫਿਟ ਥੋੜ੍ਹਾ ਕਿਨੋ ਜਾਂ ਜ਼ਿਆਦਾ ਤੁਸਾਂ ਨੇ ਨਸੀਬ, ਤੁਸੀਂ ਜਿੱਥੇ ਮਿਹਨਤ ਕਰਸੋ ਰੱਬ ਉਸਨੇ 'ਚ ਇਜ਼ਾਫਾ ਕਰਸੀ। ਅਗਰ ਤੁਸੀਂ ਕੰਮ ਕਰਨਾ ਹੈ ਤਾਂ ਉਸਨੇ ਦਿਆਨਦਾਰੀ ਲਾਜ਼ਮੀ ਅਖਤਿਆਰ ਕਰੋ, ਅਗਰ ਦਿਆਨਦਾਰੀ ਤੁਸੀਂ ਨਹੀਂ ਕਰਨੀ ਤਾਂ ਫਿਰ ਬਹੁਤ ਮੁਸ਼ਕਲ ਹੈ। ਬੜੇ ਬੜੇ ਸ਼ਹਿਰ ਲੋਕ ਹਨ, ਉਹਨਾਂ ਦੇ ਕਾਰੋਬਾਰ ਫੇਲ ਹੋਈ ਗਏ, ਨਸੀਬ ਭੱਜੀ ਗਏ, ਉਹਨਾਂ ਆਪਣਾ ਜ਼ਿੰਦਗੀ ਤਬਾਹ ਹੋਈ ਗਈ। ਇਸਨੇ ਵਿੱਚ ਅਗਰ ਤੁਸੀਂ ਕੰਮ ਕੋਈ ਵੀ ਹੈ, ਮਸਲਾਂ ਇੱਕ ਖੋਖਾ ਰੱਖੇ, ਅਗਰ ਇਮਾਨਦਾਰੀ ਨਾਲ ਕਰਸੋ ਉਸ ਵਿੱਚ ਵੀ ਘਾਟਾ ਕੋਈ। ਤੁਸੀਂ ਮਿਹਨਤ ਕਰਨੇ ਜਾਂ ਦਿਹਾੜ ਲੈਣਾ ਆਪਣਾ, ਉਹ ਅਗਰ ਸਹੀ ਹੱਕ ਲਾ ਦਿਹਾੜ ਲੈਣਾ ਉਸਦੀ ਪੈਸੇ ਲੱਭ ਸਕ, ਹਰ ਬੰਦਾ ਉਸਦੀ ਇੱਜ਼ਤ ਵੀ ਕਰ ਸਕੇ। ਤੁਸਾਂ ਦੀ ਇੱਜ਼ਤ ਵੀ ਤਾਂ ਹੀ ਹੈ ਕਿ ਤੁਸੀਂ ਉਸਦੀ ਦਿਆਨਦਾਰੀ ਨਾਲ ਕਰੋ। ਫਰਦਰ ਜ਼ਿੰਦਗੀ ਵਿੱਚ ਕਿਆ ਅਚੀਵਮੈਂਟਸ ਹਨ ਉਹ ਵੀਡੀਓ ਨਾਲ ਪਾਰਟ ਨੰਬਰ 3, ਕਿਉਂਕਿ ਸ਼ੁਰੂ 'ਚ ਵੀ ਮਾੜੇ ਜਿਹੜੇ ਵਿਊਵਰ ਸਨ ਉਹਨਾਂ ਕੀ ਦੱਸਿਆ ਕਿ ਵੀਡੀਓ ਨੇ ਪਾਰਟ ਨੰਬਰ 3 'ਚ ਅਚੀਵਮੈਂਟਸ ਕਹਿਣ ਉਹ ਦੱਸਾਂ। ਵੀਡੀਓ ਨੇ ਐਂਡ ਪਰ ਪੂਰੀ ਦੁਨੀਆ 'ਚ ਜਿੰਨਿਆਂ ਬੰਦਿਆਂ ਅੱਜ ਨਾ ਵੀਡੀਓ ਨਾਲ ਪਾਰਟ ਨੰਬਰ 2 ਤੱਕਿਆ, ਕੰਟੈਕਟ ਨੰਬਰ ਉਹਨਾਂ ਕੀ ਅੱਜ ਦੇਣਾ ਜਾਂ ਅਗਲੀ ਵੀਡੀਓ ਦੇਣਾ, ਤਾਂ ਦੂਜਾ ਨੰਬਰ ਉਹਨਾਂ ਵਾਸਤੇ ਕਿਆ ਪੈਗਾਮ ਹੈ? ਤਾਂ ਉਹਨਾਂ ਅੱਗੇ ਉਹਨੇ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਬਹੁਤ ਮਿਹਰਬਾਨੀ ਜੀ। ਮੈਂ ਤਾਂ ਉਹ ਦਿਨ ਐਵੇਂ ਵੈਸੇ ਹੀ ਉਹ ਵਿਹਲੇ ਸੋਂ 10 ਮਿੰਟ ਤਾਂ ਗੱਲਾਂ ਕੀਤੀਆਂ, ਉਸ ਨਾਲ ਲੋਕਾਂ ਨੇ ਇਤਨੇ ਕਮੈਂਟਸ ਅੱਛੇ ਉਹਨਾਂ ਨੇ ਮਾਰ ਦਿੱਤੇ ਕਿ ਉਹ ਤਾਂ ਉਹਨਾਂ ਸਾਰਿਆਂ ਨੇ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਬਾਕੀ ਆਇੰਦਾ ਚਲੋ ਨੈਕਸਟ ਜਿਹਦੇ ਅੱਜ ਤੋਂ ਅਸਾਂ ਮੰਡੀ ਜਾਣਾ ਚਾਹੁੰਦੇ ਹਾਂ, ਹੁਣ ਕਾੜਿਆ ਜਾਸਾਂ ਇਸ ਵਜ੍ਹਾ ਤੋਂ ਟਾਈਮ ਬਹੁਤ ਥੋੜ੍ਹਾ, ਚਲੋ ਇਹ ਗੱਲਾਂ ਫਿਰ ਕਿਧਰ ਜਿੱਦਣ ਟਾਈਮ ਹੋਇਆ ਤਾਂ ਫਿਰ ਕਰੀ ਕਿਸਾਂ, ਕੋਈ ਮੁਸ਼ਕਿਲ।